ਅਸੀਂ ਦਿੱਲੀ ਚ ਵੜਾਂਗੇ ਤਾਂ ਅਸੀਂ ਮਾਰ ਖਾਵਾਂਗੇ, ਅਸੀਂ ਜਦੋਂ ਦਿੱਲੀ ਨੂੰ ਘੇਰਾਂਗੇ ਤਾਂ ਹੀ ਜਿੱਤਾਂਗੇ। ਜੇ ਆਪਾਂ ਸੜਕਾਂ ਰੋਕਦੇ ਨਾ ਤਾਂ ਬਸ ਮੈਂ ਸਮਝਦਾ ਵੀ ਆਪਣੀ ਜਿੱਤ ਇੱਕ ਦੋ ਦਿਨਾਂ ਦੇ ਵਿੱਚ ਤੁਸੀਂ ਇਹ ਲੈ ਲਓ ਕਿ ਬਿਆਨ ਆਇਆ ਲਓ 80-90 ਰੁਪਏ ਕਿਲੋ ਆਲੂ। ਹਾਂ 80 ਰੁਪਏ ਆਲੂ, 80 ਰੁਪਏ ਹੋ ਗਿਆ ਦੋ ਦਿਨਾਂ ਚ ਹੀ। खेती कानूनों के विरोध में किसान दिल्ली के कुंडली बॉर्डर से कुंडली मार के बैठे हुए ने। दसणयोग है कि लखा सिधाणा जगदीप रंधावा भी लगातार इस संघर्ष में किसानों का समर्थन दे रहे हैं। दस दईए कि लखा सिधाणा ने कुंडली बॉर्डर तो लाइव होकर कहा कि हुण बस इत्थे टिकण की लोड़ है, चार पांच दिनों की गल है, पंजाब बस हुण जित दियां सिखरां ते है। इसके नाल ही लखा सिधाणा ने दस्या कि दिल्ली में सब्जियां के रेट दुगने तिगने हो चुके ने ते आलू 80 रुपए किलो हो चुके हैं। ਹੋਰ ਕੀ ਕਿਹਾ ਲੱਖਾ ਸੁਧਾਣਾ ਨੇ, ਆਓ ਤੁਸੀਂ ਵੀ ਸੁਣੋ। ਬੇਨਤੀ ਇਹੀ ਕਰਦੇ ਹਾਂ ਕਿ ਜਿਹੜੇ ਪੰਜਾਬੀ ਹਲੇ ਵੀ ਘਰਾਂ 'ਚ ਬੈਠੇ ਨੇ, ਵੱਧ ਤੋਂ ਵੱਧ ਮੇਰਾ ਵੀਰਾ ਦਿੱਲੀ ਵੱਲ ਨੂੰ ਕੂਚ ਕਰੋ। ਅਸੀਂ ਇਸ ਸਮੇਂ ਜਿਹੜਾ ਕੁੰਡਲੀ ਵਾਲੀ ਹੱਦ ਹੈ, ਜਿਹਨੂੰ ਸਿੰਘਾ ਬਾਰਡਰ ਵੀ ਕਹਿ ਦਿੰਦੇ ਆ, ਸਿੰਧੂ ਬਾਰਡਰ ਵੀ ਕਹਿ ਦਿੰਦੇ ਆ, ਉੱਥੇ ਬੈਠੇ ਹਾਂ। ਅਤੇ ਦੂਜੀ ਗੱਲ ਜਿਹੜੀ ਹੈਗੀ ਕਿ ਸਭ ਤੋਂ ਜਿਹੜੀ ਵਧੀਆ ਗੱਲ ਮੈਨੂੰ ਇਹ ਲੱਗੀ ਕਿ ਬੜੇ ਸਮੇਂ ਬਾਅਦ ਪੰਜਾਬ ਦੇ ਉਹ ਰੰਗ ਦੇਖਣ ਨੂੰ ਮਿਲੇ ਨੇ। ਲੰਗਰਾਂ ਦੇਖ ਰਹੇ ਆਪਾਂ ਲੱਗੇ ਹੋਏ ਨੇ ਥਾਂ ਥਾਂ 'ਤੇ, ਜਿਹੜੀਆਂ ਚਾੜੀਆਂ ਹੋਈਆਂ ਲੋਹ ਚਾੜੀ ਹੋਈ ਆ, ਆਪ ਹੀ ਨੌਜਵਾਨ ਇਹ ਉੱਦਮ ਕਰ ਰਹੇ ਨੇ, ਸਬਜ਼ੀਆਂ ਕੱਟ ਰਹੇ ਨੇ, ਆਟੇ ਗੁੰਨ ਰਹੇ ਨੇ, ਰੋਟੀਆਂ ਲਾਹ ਰਹੇ ਨੇ। ਤਾਂ ਜਦੋਂ ਇਸ ਤਰ੍ਹਾਂ ਦੇ ਮੋਰਚੇ ਲੱਗਦੇ ਨੇ ਤਾਂ ਫਿਰ ਯਕੀਨੀ ਹੁੰਦੀ ਆ ਜਿੱਤ ਹੈ ਜਿਹੜੀ ਇਹਨਾਂ ਮੋਰਚਿਆਂ ਦੀ। ਅਤੇ ਅਸੀਂ ਮੈਨੂੰ ਇਹ ਲੱਗਦਾ ਕਿ ਜਿੱਤ ਹੈ ਜਿਹੜੀ ਉਹ ਜਿੱਤ ਚੁੱਕੀ ਹੈ, ਪਰ ਅਸੀਂ ਵਾਰ ਵਾਰ ਜਿਹੜੇ ਬੰਦਿਆਂ ਨੂੰ ਵੀ ਅਪੀਲ ਕੀਤੀ ਆ, ਉਹਨਾਂ ਨੂੰ ਵੀ ਜਾ ਕੇ ਇਹ ਮਿਲਦੇ ਹਾਂ ਆਉਣਗੇ। ਹੋਰ ਵੀ ਜਿਹੜੇ ਪਿੱਛੇ ਜਿੱਥੇ ਬੰਦੀਆਂ ਕੋਈ ਆ ਰਹੀਆਂ, ਉਹਨਾਂ ਨੂੰ ਵੀ ਕਹਿਣਾ ਚਾਹੁੰਦੇ ਹਾਂ ਕਿ ਯਾਰ ਅਸੀਂ ਦਿੱਲੀ ਵਿੱਚ ਨਾ ਮੜੀਏ, ਅਸੀਂ ਦਿੱਲੀ 'ਚ ਵੜਾਂਗੇ ਤਾਂ ਅਸੀਂ ਮਾਰ ਖਾਵਾਂਗੇ, ਅਸੀਂ ਜਦੋਂ ਦਿੱਲੀ ਨੂੰ ਘੇਰਾਂਗੇ ਤਾਂ ਹੀ ਜਿੱਤਾਂਗੇ। ਰਾਹ ਦੇ ਵਿੱਚ ਜੇ ਅਸੀਂ ਚਾਰ ਸਪੇਰੋਂ ਦਿੱਲੀ ਘੇਰ ਲਈ, ਅਸੀਂ ਦੇਖਿਆ ਕਿ ਇੱਥੇ ਪਿੱਛੇ ਉਹ ਹਜ਼ਾਰਾਂ ਦੀ ਗਿਣਤੀ ਟਰੱਕ ਫਸੇ ਹੋਏ ਨੇ। ਪੂਰਾ ਦਿੱਲੀ ਦਾ ਜਿਹੜਾ ਸੰਪਰਕ ਹੈ ਉੱਧਰੋਂ ਯੂਪੀ ਦੇ ਨਾਲ ਕੱਟਿਆ ਜਾ ਚੁੱਕਿਆ, ਇੱਧਰੋਂ ਹਰਿਆਣੇ ਦੇ ਨਾਲ ਕੱਟਿਆ ਜਾ ਚੁੱਕਿਆ, ਦਿੱਲੀ ਪਿੰਡ ਅਲੱਗ ਥਲੱਗ ਪੈ ਗਈ ਆ ਅਤੇ ਸਰਕਾਰ ਸੋਚਣ ਲਈ ਮਜਬੂਰ ਆ। ਪਰ ਆਪਾਂ ਨੂੰ ਹੁਣ ਇੱਥੇ ਫਿਰ ਟਿਕਣ ਦੀ ਲੋੜ, ਜੇ ਆਪਾਂ ਕੁਝ ਸਮਾਂ ਟੇਕ ਕੇ ਸਬਰ ਦੇ ਨਾਲ ਕਈਆਂ ਨੂੰ ਆਦਤ ਹੁੰਦੀ ਵੀ ਚਲੋ ਯਾਰ ਇੱਕ ਵਾਰੀ ਜਾਓ ਬੜੀਆਂ ਮੋਟੀਆਂ ਫੁੱਟਵਾਂ ਫਟਵਾਂ ਜਾਂ ਕਰਕੇ ਅਤੇ ਵਾਪਸ ਚੱਲ ਪਓ। ਬਹੁਤ ਸੱਜਣ ਰਾਤ ਇਹੋ ਜਿਹੇ ਮਿਲੇ, ਮੈਂ ਰੋਕ ਲਏ, ਮੈਂ ਯਾਰ ਕਿਵੇਂ ਬਾਈ ਤੁਰ ਕੇ, ਕਹਿੰਦੇ ਬਸ ਬਾਈ ਮੈਂ ਹੱਸ ਉਹ ਸਿਰੇ ਵੀ ਨਹੀਂ ਕਹੀ ਤਾਂ ਗਏ ਵਿਚਾਰੇ ਉੱਥੇ ਹੀ ਮੁੜਦੇ। ਚਲੋ ਉਹਨਾਂ ਮੈਂ ਹੌਸਲਾ ਨੂੰ ਸਿਰਦਾ ਇਸ ਗੱਲ ਦੇ ਕੀ ਗੱਲ ਕਹਿ ਕੇ, ਬਹੁਤ ਵੱਡੀ ਗਿਣਤੀ ਪੰਜਾਬੀਆਂ ਦੀ ਨੌਜਵਾਨਾਂ ਦੀ ਬੜੇ ਸਿਰੜ ਦੇ ਨਾਲ ਆਈ ਹੋਈ ਹੈ। ਪਰ ਮੇਰਾ ਵੀਰ ਮੈਂ ਕਹਿੰਦਾ ਕਿ ਹੁਣ ਯਾਰ ਵਿਹਲੀ ਰੁੱਤ ਆ, ਕਣਕਾਂ ਕੁਣਕਾਂ ਬੀਜੀਆਂ ਗਈਆਂ, ਕੰਮ ਕਾਰ ਸਾਰੇ ਮੁੱਕੇ ਹੋਏ ਨੇ, ਤਾਂ ਜਿਹੜੇ ਕੋਈ ਗੱਲ ਨਹੀਂ, ਜੇ ਬਿਜਲੀ ਜਾਣਾ ਵੀ ਹੁੰਦਾ ਬਾਰੀ ਬੁਰੀ ਬੰਨ੍ਹ ਕੇ ਕੋਈ ਪੰਜ ਚਾਰ ਦਿਨਾਂ ਬਾਅਦ ਜਾਇਆ ਕਰੋ। ਪੰਜ ਚਾਰ ਦਿਨ ਤਾਂ ਮੈਨੂੰ ਲੱਗਦਾ ਨਹੀਂ ਵੀ, ਜੇ ਆਪਾਂ ਸੜਕਾਂ ਰੋਕਦੇ ਨਾ ਤਾਂ ਬਸ ਮੈਂ ਸਮਝਦਾ ਵੀ ਆਪਣੀ ਜਿੱਤ ਇੱਕ ਦੋ ਦਿਨਾਂ ਦੇ ਵਿੱਚ ਤੁਸੀਂ ਇਹ ਲੈ ਲਓ ਕਿ ਬਿਆਨ ਆਇਆ ਲਓ ਕਿ ਹਾਂ ਭਾਈ ਅਸੀਂ ਇਹ ਖਤਮ ਕਰਦੇ ਹਾਂ ਕਾਨੂੰਨ। ਪਰ ਜੇ ਮੈਂ ਵਾਰ ਵਾਰ ਜਥੇਬੰਦੀਆਂ ਨੂੰ ਮੇਰੀ ਅਪੀਲ ਹੈ ਕਿ ਦੇਖਿਓ ਯਾਰ ਬਹੁਤ ਵਧੀਆ ਮਾਹੌਲ ਬਣਿਆ ਹੋਇਆ, ਪੰਜਾਬ ਐਨ ਜਿੱਤ ਦੀਆਂ ਬਰੂਹਾਂ 'ਤੇ ਖੜ੍ਹੇ ਨੇ ਪੰਜਾਬੀ, ਪੰਜਾਬ ਅਤੇ ਹਰਿਆਣਾ, ਦੇਖਿਓ ਕਦੇ ਗਲਤ ਕੋਈ ਇਸ ਤਰ੍ਹਾਂ ਦਾ ਫੈਲ ਅੰਦਰ ਜਾ ਕੇ ਬਹਿ ਜਾਓ। ਅੰਦਰ ਜਾ ਕੇ ਬਹਿਣ ਵਾਲੀ ਤਾਂ ਫਿਰ ਉਹ ਗੱਲ ਹੁੰਦੀ ਹੈ ਜਿਵੇਂ ਮੰਨ ਲਓ ਕਿ ਮੇਰੇ ਘਰ ਆ ਜੇ ਅਤੇ ਮੈਂ ਕਹਾਂ ਭਾਈ ਉਹ ਕਮਰਾ ਪਿਆ ਬੈਠਾ ਰਿਹਾ, ਮੈਨੂੰ ਕੋਈ ਤਕਲੀਫ ਹੈ, ਜਿਹਨਾਂ 'ਚ ਕਿ ਮੇਰਾ ਅਗਲਾ ਬਾਹਰ 'ਚ ਨਹੀਂ ਕੱਢਦਾ, ਮੇਰਾ ਬਾਹਰ ਨਹੀਂ ਬੰਦ ਕਰਦਾ, ਮੇਰਾ ਦਾਣਾ ਪਾਣੀ ਆਉਣਾ ਜਾਣਾ ਨਹੀਂ ਬੰਦ ਕਰਦਾ, ਉਹਨਾਂ 'ਚ ਅਗਲੇ ਦੇ ਕਿਵੇਂ ਨਾਸੀ ਧੂੰ ਆਊਗਾ। ਅਤੇ ਨਾਸੀ ਧੂੰ ਜੇ ਆਪਾਂ ਲਿਆਉਣਾ ਤਾਂ ਫਿਰ ਆਪਾਂ ਨੂੰ ਦਿੱਲੀ 'ਚ ਫਿਰੋਂ ਘੇਰਨੀ ਪੈਣੀ ਆ। ਇਹਦੇ ਨਾਲ ਵੱਡੀ ਸਹਿਮਤੀ ਇਹੀ ਹੈ ਪੰਜਾਬ ਹਰਿਆਣੇ ਦੀ, ਦਿੱਲੀ ਆਸੇ ਪਾਸੇ ਬਾਬੀ ਬਾਈ ਸਬਜ਼ੀ ਸੁਬਜ਼ੀ ਦੇ ਰੇਟ ਖੇ ਦੁੱਗਣੇ ਤਿੱਗਣੇ ਹੋ ਚੁੱਕੇ ਕਹਿੰਦੇ। ਹਾਂ ਅੱਲਾ ਵਾ ਦੱਸਦਾ ਕਹਿੰਦਾ 80-90 ਰੁਪਏ ਕਿਲੋ ਆਲੂ। ਹਾਂ 80 ਰੁਪਏ ਆਲੂ, 80 ਰੁਪਏ ਹੋ ਗਿਆ ਦੋ ਦਿਨਾਂ 'ਚ ਹੀ, ਠੀਕ ਵੱਜ ਗਿਆ। ਇੱਧਰ ਪਿੱਛੇ ਸਾਰੇ ਅਸੀਂ ਪੁੱਛ ਪੁੱਛ ਕੇ ਆਏ ਹਾਂ ਢਾਬਿਆਂ ਢੂਬਿਆਂ 'ਤੇ, ਉਹ ਕਹਿੰਦੇ ਬਾਈ ਬੁਰਾ ਹਾਲ ਆ। ਇੱਕ ਬਾਈ ਦੱਸਦਾ ਸੀ ਕਹਿੰਦਾ 25,000 ਵਿਆਹ ਇੱਕ ਦਿਨ ਦਾ ਸੀਗਾ, ਇੱਕ ਦਿਨ 'ਚ 25,000 ਵਿਆਹ ਸੀ ਕਹਿੰਦਾ ਦਿੱਲੀ 'ਚ, ਸਾਰਾ ਵਿਆਹ ਕੈਂਸਲ ਕਰਨਾ ਪਿਆ। ਜਾਣੇ ਇਹ ਸਿਰਦਰਦੀ ਆ, ਜੇ ਤੁਸੀਂ ਅੰਦਰ ਬੈਠੇ ਹੋ ਕਿਸੇ ਮੈਦਾਨ 'ਚ ਬੈਠੇ ਹੋ, ਸਿਰਦਰਦੀ ਨਹੀਂ ਹੈਗੀ, ਬੈਠੇ ਰਹੋ, ਸਟੇਜ ਲਾਈ ਜਾਓ, ਬੋਲੀ ਜਾਓ,
ਤਿੰਨ ਦਿਨਾਂ ਤੇ ਆਈ ਜਾਓਗੇ ਠੀਕ ਆ ਵੀ ਕਿਸਾਨ ਦੋ ਦਿਨ ਚੱਲੀ ਜਾਂਦਾ ਉਹ ਕੀ ਫਰਕ ਪੈਂਦਾ ਉਹਦਾ ਕੁੰਡਲੀ ਬਾਰਡਰ ਆਹ ਸਿਰਦਰਦੀ ਹੈ ਇਹ ਸਰਕਾਰ ਲਈ ਵੀ ਮਜਬੂਰੀ ਬਣਨੀ ਹੈ ਦੁੱਧ ਦੁੱਧ ਇਹਨਾਂ ਦਾ ਬੰਦ ਹੋਵੇ ਤੇ ਇਹਨਾਂ ਨੂੰ ਖਿਆਈ ਹੋਵੇ ਤੇ ਫਿਰ ਪਤਾ ਲੱਗਦਾ ਬਾਈ ਸਹੀ ਗੱਲ ਤੇ ਸਾਨੂੰ ਬੰਦ ਕਰਨਾ ਇਹ ਦਿੱਲੀ ਸਾਡਾ ਸਾਰਾ ਕੁਝ ਬੰਦ ਕਰਨ ਨੂੰ ਫਿਰਦੇ ਸਾਨੂੰ ਮਾਰਨ ਨੂੰ ਫਿਰਦੀ ਆ ਬਿਲਕੁਲ ਆ ਜਾਓ ਨਾਲੇ ਚੌਲ ਬਣੇ ਆ ਤੇ ਚੌਲ ਖਵਾਵਾਂਗੇ ਬਾਈ ਉੱਥੇ ਖਾਲੀਆਂ ਸੁੱਕੀਆਂ ਦਾਲਾਂ ਬੁਲਾ ਤਿਆਰਾ ਬਾਈ ਇੱਕ ਜਿਹੜੇ ਪੰਜਾਬੀ ਕਹਿਣ ਦੇ ਵੀ ਕਿਵੇਂ ਆਵਾਂ ਕੀ ਆ ਸਾਰਾ ਕਹਿ ਕੇ ਮੂਰੇ ਪ੍ਰਬੰਧ ਹੋ ਚੁੱਕੇ ਪਹੁੰਚ ਜਾਓ ਬਸ ਜਿਹੜਾ ਜੀ ਰੋਤਾ ਤੇ ਆਪਾਂ ਟਰੈਕਟਰ ਟਰਾਲੀ ਲੈ ਕੇ ਆਇਓ ਇੱਕ ਤਾਂ ਤਾਂ ਹੁੰਤਾ ਪਾ ਆਦਾ ਲੀੜਾ ਕੱਪੜਾ ਨਾਲ ਲੈ ਕੇ ਆਇਓ ਇੰਨਾ ਕੁ ਲਿਆਓ ਬਾਕੀ ਖਾਣ ਪੀਣ ਦਾ ਸਾਰਾ ਪ੍ਰਬੰਧ ਹੈ ਕਿਸੇ ਚੀਜ਼ ਦੀ ਕਮੀ ਨਹੀਂ ਯਾਰ ਲੰਗਰ ਥਾਂ ਥਾਂ ਤੇ ਲੰਗਰ ਨੇ ਸਰਹੰਦ ਵਾਲਾ ਜਿਹੜਾ ਆਪਾਂ ਜਾਂਦੇ ਹੁੰਦੇ ਹਾਂ ਦੂਜਾ ਪੰਜਾਬ ਵਸ ਗਿਆ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਦੇ ਉੱਤੇ उस तरह का माहौल पंजाब ने सिर दिता दिल्ली के लिए मैनू लगता अभी हरियाणे के नेक लोगों मिले हरियाणे के नेक मुलाजमान भी मिले हैं हरियाणा भी खुश है उन्होंने भी लगता कि आज बहुत सोहना कर हर बंद अभी कमाल की गल खोर देखी हरियाणे के टप्पे ये ढाबे से कड़ के चाह पीती या रोटी खाधी हुई किसी ने पैसा नहीं लिया कहीं नहीं यार असी भी किसान ਤੁਸੀਂ ਬਹੁਤ ਜ਼ਿਆਦਾ ਮਤਲਬ ਕਿ ਹਮਾਇਤ ਜਿਹੜੀ ਉਹ ਹਰਿਆਣੇ 'ਚ ਵੀ ਮਿਲੀ ਆ ਉਹਦੇ ਆ ਜਾਓ ਮੇਰਾ ਸਾਹਮਣੇ ਬਿਊਰੋ ਰਿਪੋਰਟ ਮੰਗਲਾ ਟੀਵੀ